ਭੇਜਿਆ ਕੁੱਤੇ ਵਾਸਤੇ ਹੋਏ ਪੰਜਾਬੀ ਪਿਆਰਿਓ, ਅੱਜ ਅਸੀਂ ਤੁਹਾਨੂੰ ਕਿਲ੍ਹਾ ਨੰਦਣਾ ਲੈ ਕੇ ਆਏ ਹਾਂ। ਇਹ ਜੇਹਲਮ ਦੇ ਅਤੇ ਆੜੇ ਦੇ ਲਾਗੇ ਕਰਕੇ ਹੈ, ਪਹਾੜੀ ਇਲਾਕੇ ਦੇ ਵਿੱਚ ਇਹ ਸਾਡਾ ਜੱਟਾਂ ਦਾ ਬੜਾ ਮਸ਼ਹੂਰ ਕਿਲ੍ਹਾ ਸੀ ਅਤੇ ਆਓ ਹੁਣ ਅਸੀਂ ਤੁਹਾਨੂੰ ਇਹਦੀ ਤਾਰੀਖ ਦੱਸੀਏ। ਪੂਰੇ ਜੱਗ ਉੱਤੇ ਵਸਦੇ ਹੋਏ ਪੰਜਾਬੀ ਪਿਆਰਿਓ, ਅੱਜ ਅਸੀਂ ਜੱਟਾਂ ਦੇ ਜਿਹੜੇ ਕਿਲ੍ਹੇ ਨੇ ਉਹ ਸਿਲਸਿਲੇ 'ਚ ਤੁਹਾਡੇ ਨਾਲ ਗੱਲ ਕਰਾਂਗੇ। ਕਿਲ੍ਹਾ ਨੰਦੜਾ ਜਿਹੜਾ ਜੇਹਲਮ ਜੇਹਲਮ ਅਤੇ ਚਕਵਾਲ ਦੀ ਬਾਰਡਰ 'ਤੇ ਪੈਂਦਾ ਹੈ, ਪਿੰਡ ਦਾਦਨ ਖਾਂ ਦੇ ਵੀ ਲਾਗੇ ਹੈ ਔਰ ਪਹਾੜ ਦੇ ਉੱਤੇ ਬੜਾ ਖੂਬਸੂਰਤ ਕਿਲ੍ਹਾ, ਸਾਡਾ ਬੜਾ ਵੱਡਾ ਇਤਿਹਾਸ ਔਰ ਇਹਦੇ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਕਿੰਨੇ ਬਣਾਇਆ ਸੀ ਅਤੇ ਇਹਦੇ ਅੰਦਾਜ਼ੇ ਨਾਲ ਕਦੋਂ ਬਣਾਇਆ ਸੀ। ਅਤੇ ਇਹ ਸਿਲਸਿਲੇ 'ਚ ਇਸ ਧਰਤੀ ਦੇ ਅਜ਼ੀਮ ਜੱਟ ਕਬੀਲੇ ਜਿਹੜੇ ਨੇ ਬੜੇ ਸ਼ਾਨਦਾਰ ਪਿਛੋਕੜ ਅਤੇ ਇਤਿਹਾਸ ਦੇ ਵਾਰਕ ਨੇ, ਵਾਰਸ ਨੇ। ਪੂਰੇ ਸਿੰਧ ਵਿਲਾਇਤ ਜੱਟ ਦੇਸ਼ ਅੰਦਰ ਹਜ਼ਾਰਾਂ ਸਾਲ ਪਹਿਲਾਂ ਦੇ ਉਸਰੇ ਇਹ ਕਿਲ੍ਹੇ ਥਾਂ ਥਾਂ 'ਤੇ ਇਹਨਾਂ ਅਜ਼ੀਮ ਜੱਟ ਕਬੀਲਿਆਂ ਦੀ ਕਹਾਣੀ ਸੁਣਾਉਂਦੇ ਨੇ। ਇੱਕ ਗੱਲ ਚੇਤੇ ਰੱਖਣ ਵਾਲੀ ਹੈ ਵੀ ਕਿਲ੍ਹੇ ਉਹ ਕੌਮ ਬਣਵਾਉਂਦੀ ਹੈ ਜੋ ਉਸ ਧਰਤੀ ਦੀ ਵਾਰਸ ਹੁੰਦੀ ਹੈ ਅਤੇ ਉਸ ਦੀ ਰਾਖੀ ਲਈ ਇਹ ਸਾਰੇ ਉਪਰਾਲੇ ਕਰਦੀ ਹੈ। ਜੇ ਹੰਸ ਅਤੇ ਆਲ੍ਹਣੇ ਵਿੱਚ ਕਾਂ ਕਬਜ਼ਾ ਕਰ ਲਵੇ ਤਾਂ ਰਹਿ ਵੀ ਜਾਵੇ ਚਾਰ ਦਿਨ ਵੀ, ਅਤੇ ਆਲ੍ਹਣਾ ਹਮੇਸ਼ਾ ਹੌਂਸ ਦਾ ਹੀ ਜਾਂ ਹੰਸ ਦਾ ਹੀ ਸਦਾਉਂਦਾ ਹੈ, ਕਾਂ ਦਾ ਕਦੀ ਨਹੀਂ ਸਦਾਉਂਦਾ। ਅੱਜ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਵੀ ਕਿਲ੍ਹਾ ਨੰਦੜਾ ਦੀ, ਜਿਹਨੂੰ ਇਸ ਧਰਤੀ ਦੇ ਅਜ਼ੀਮ ਜੱਟ ਨੌਲ ਪਾਲ ਦੇ ਪੁੱਤਰ ਨੰਦੜਾ ਪਾਲ ਦੇ ਨਾਂ 'ਤੇ ਉਸਾਰਿਆ ਗਿਆ, ਯਾਨੀ ਨੌਲ ਜਿਹੜਾ ਸੀ ਉਹਦਾ ਪੁੱਤਰ ਜਿਹੜਾ ਨੰਦੜਾ ਸੀ ਉਹਨੇ ਨੂੰ ਉਸਾਰਿਆ। ਉਸ ਵੇਲੇ ਇਸ ਜੂਹ ਵਿੱਚ ਇਹਨਾਂ ਲੋਕਾਂ ਦਾ ਰਾਜ ਸੀ। ਇਸੇ ਜੂਹ ਅੰਦਰ ਟੈਕਸਲਾ ਨੇੜੇ ਨੰਦੜਾ ਪਾਲ ਦਾ ਜਿਹੜਾ ਲਗੜ ਦਾਦਾ ਸੀ ਨਾ, ਸੋਤਰਕ ਸ਼ਸਤਰਕ ਜਾਂ ਸਰਕਪ ਹਵੇਲੀਆ ਵੀ ਜਿਹਨੂੰ ਆਉਂਦੇ ਨੇ, ਉਹਨੇ 8000 ਸਾਲ ਪਹਿਲਾਂ ਜਿਹੜੀ ਸਰਕਪ ਯੂਨੀਵਰਸਿਟੀ ਬਣਵਾਈ ਸੀ ਜਿਹਦੇ ਅੰਦਰ ਪੂਰੀ ਦੁਨੀਆ ਦੇ ਹਜ਼ਾਰਾਂ ਤਾਲਬ ਇਲਮ ਅਤੇ ਇਲਮ ਗਿਆਨ ਦੇ ਆ ਕੇ ਉੱਥੋਂ ਹਾਸਲ ਕਰਦੇ ਸਨ ਅਤੇ ਇਲਮ ਗਿਆਨ ਨਾਲ ਝੋਰੀਆਂ ਭਰ ਭਰ ਕੇ ਇੱਥੋਂ ਜਾਂਦੇ ਸਨ। ਔਰ ਉਹ ਜਿਹੜੀ ਟੈਕਸ ਯੂਨੀਵਰਸਿਟੀ ਸੀ ਟੈਕਸਲੇ ਦੇ ਲਾਗੇ ਸਰਕਪ ਯੂਨੀਵਰਸਿਟੀ, ਇਸ ਨੰਦੜਾ ਦੇ ਲਗੜ ਦਾਦੇ ਯਾਨੀ ਦਾਦੇ ਦੇ ਪਿਓ ਨੇ ਬਣਾਈ ਸੀ। ਔਰ ਉਸ ਯੂਨੀਵਰਸਿਟੀ ਦੀ ਕੁਟਲੀਆ ਚਾਣਕੀਆ ਅਤੇ ਮਹਾਤਮਾ ਬੁੱਧ ਵਰਗੇ ਜੱਗ ਜਾਣੇ ਲੋਕਾਂ ਨੇ ਉਸ ਯੂਨੀਵਰਸਿਟੀ ਤੋਂ ਫੈਜ਼ ਲਿਆ ਸੀ। ਉਸੇ ਸੋਤਰਕ ਸ਼ਸਤਰਕ ਦਾ ਪੁੱਤਰ ਸੀ ਸਰੋਇਆ ਅਤੇ ਸਰੋਇਆ ਦਾ ਪੁੱਤਰ ਸੀ ਮੱਲੀ, ਅੱਗੋਂ ਮੱਲੀ ਦਾ ਪੁੱਤਰ ਸੀ ਨਾਇਚ ਅਤੇ ਭੁੱਟਾ ਡਾਰ ਸ਼ਜਰਾ ਅਤੇ ਲੰਗਾਹ, ਅਤੇ ਅੱਗੋਂ ਨਾਇਚ ਦੇ ਪੁੱਤਰ ਹੋਏ ਬੁੱਚਾ ਸੁਹਾਵਣ ਨੌਲ ਤੂਰ ਤੋ ਯਾਨੀ ਦੂਜਾ ਨਾਂ ਤੋਮਰਾ ਬੱਚਾ ਪਨਾਇਚ ਸੁਹਾਵੜਾ ਸੁਹਾਵਾ ਡਾਹਾ ਨੱਚ ਜਿਹਦਾ ਦੂਜਾ ਨਾਂ ਲਾਹ ਨੱਚ ਵੀ ਸੀ, ਵਰਛਾ ਜਿਹਦਾ ਦੂਜਾ ਨਾਂ ਵੜਾਏ 'ਚ ਬੜਾ ਮਸ਼ਹੂਰ ਕਬੀਲਾ ਬੜਾ ਚਾਹੁੰਦਾ ਵੀ, ਅਤੇ ਨਾਇਕ। ਇਹਨਾਂ ਵਿੱਚੋਂ ਨੌਲ ਜਿਹੜੇ ਕਬੀਲੇ ਜੰਗ ਵਿੱਚ ਸਿਆਲਾਂ ਤੋਂ ਅਗਦੂ ਰਾਜ ਕੀਤਾ ਸੀ ਉਹਦੇ ਪੁੱਤਰ ਹੋਏ ਜੱਜਪਾਲ ਓਡਰਾਨ ਪਾਲ, ਜਿਹੜਾ ਟੋਡਰਮੱਲ ਦਾ ਖਾਨਦਾਨ ਸੀ, ਜਿਹੜਾ ਅਕਬਰ ਬਾਦਸ਼ਾਹ ਦਾ ਰਤਨ ਸੀ ਟੋਡਰਮੱਲ, ਉਹ ਓਡਰਾਨ ਪਾਲ ਕਬੀਲੇ ਦਾ ਸੀ, ਅਤੇ ਗੁਦਾਰਾ ਪਾਲ ਅਤੇ ਸ਼ੀਰਾ ਪਾਲ ਅਤੇ ਛੀਨਾ ਪਾਲ, ਲੋਧਰਾ ਪਾਲ, ਨੰਦੜਾ ਪਾਲ ਅਤੇ ਰੋਡਾ ਪਾਲ ਅਤੇ ਮਕਵਾਲ। ਇਹਨਾਂ ਵਿੱਚੋਂ ਜਿੱਥੇ ਇਸ ਜੂਹ ਅੰਦਰ ਜੱਟਾਂ ਦੇ ਹੋਰ ਕਿਲ੍ਹੇ ਵਸੇ ਹੋਏ ਨੇ, ਨੰਦਣ ਜੱਟ ਵੀ ਕਸ਼ਮੀਰ ਜੇਹਲਮ ਮੀਰਪੁਰ ਦੇ ਨਾਲ ਨਾਲ ਪੂਰੇ ਸਿੰਧ ਵਿਲਾਇਤ ਜੱਟ ਦੇਸ਼ ਵਿੱਚ ਥਾਂ ਥਾਂ ਵਸੇ ਹੋਏ ਨੇ। ਪੰਜਨਾ ਤੋਂ ਨਿਕਲਣ ਵਾਲੀ ਇੱਕ ਨਹਿਰ ਦਾ ਨਾਂ ਵੀ ਨੰਦਣ ਨਹਿਰ ਹੈ। ਉਸ ਜੂਹ ਵਿੱਚ ਅੱਲਾ ਡਿਵਾਇਓ ਅਤੇ ਅਫਜ਼ਲ ਨੰਦਣ ਮਸ਼ਹੂਰ ਲੋ ਅੱਲਾ ਡਿਵਾਇਓ ਨੰਦਣ ਅਤੇ ਅਫਜ਼ਲ ਨੰਦਣ ਮਸ਼ਹੂਰ ਆਦਮੀ ਨੇ। ਕਿਲ੍ਹਾ ਨੰਦਣਾ ਬਾਗਾਂ ਵਾਲਾ ਨੇੜੇ ਪਹਾੜਾਂ ਦੇ ਉੱਤੇ ਉਸਰਿਆ ਹੋਇਆ ਔਰ ਖਿਆਲ ਕੀਤਾ ਜਾਂਦਾ ਵੀ ਇਹ ਕਿਲ੍ਹਾ 2500 ਕਬਲ ਮਸੀਹ ਦੇ ਨੇੜੇ ਤੇੜੇ ਉਸਾਰਿਆ ਗਿਆ ਸੀ। ਉਸ ਵੇਲੇ ਇਸ ਜੂਹ ਅੰਦਰ ਨੌਲ ਜੱਟ ਕਬੀਲੇ ਦਾ ਰਾਜ ਸੀ। ਜੰਜੂਆ ਛੀਨਾ ਵੈਂਸ ਖੱਖ ਖੋਖਰ ਇਸ ਕਬੀਲੇ ਦੀ ਨਸਲ ਉਹਨੇ ਸਾਰੇ ਹੀ, ਤੋਂ ਇਸ ਜੂਹ ਅੰਦਰ ਜਿਹੜਾ ਖੱਖ ਕਿਲ੍ਹਾ ਵੀ ਮੌਜੂਦ ਹੈ ਔਰ ਖੋਖਰਾਂ ਦੇ ਵੀ ਕਈ ਕਬੀਲੇ ਜਿਹੜੇ ਮੌਜੂਦ ਨੇ ਔਰ ਇਹ ਸਾਰਾ ਬੁਨਿਆਦੀ ਤੌਰ 'ਤੇ ਇੱਕੋ ਖਾਨਦਾਨ ਹੈ। ਇਹਨਾਂ ਸਾਰਿਆਂ ਕਬੀਲਿਆਂ ਦਾ ਇਸ ਇਲਾਕੇ 'ਚ ਮੌਜੂਦ ਹੋਣ ਇਸ ਗੱਲ ਦੀ ਪਕਿਆਈ ਦਿੰਦਾ ਹੈ ਵੀ ਇਸ ਜੂਹ ਅੰਦਰ ਥਾਂ ਥਾਂ ਵਸਰੇ ਹੋਏ ਕਿਲ੍ਹੇ ਜਿਹੜੇ ਇਹਨਾਂ ਅਜ਼ੀਮ ਜੱਟ ਕੇ ਜੱਟਾਂ ਨੇ ਬਣਵਾਏ ਸਨ। ਜੇਹਲਮ ਅਤੇ ਉਸ ਦੇ ਨਾਲ ਕਸ਼ਮੀਰ ਮੀਰਪੁਰ ਅਤੇ ਹੋਰ ਇਲਾਕਿਆਂ ਵਿੱਚ ਅੱਜ ਵੀ ਨੰਦਣ ਜੱਟ ਵੱਸਦੇ ਨੇ। ਨੰਦੜਾ ਕਿਲ੍ਹਾ ਜੇਹਲਮ ਅੰਦਰ ਬਾਗਾਂ ਵਾਲਾ ਦੀ ਜੂਹ ਦੇ ਵਿੱਚ ਇੱਥੋਂ ਥੋੜ੍ਹੀ ਵਾਰ 'ਤੇ ਜੂਹ ਵਿੱਚ ਇੱਥੋਂ ਥੋੜ੍ਹੀ ਵਾਰ ਦੇ ਉੱਤੇ ਪਿੰਡ ਰਵਾਲ ਵਿੱਚ ਹਜ਼ਰਤ ਨੂਹ ਅਲੈਹਿ ਸਲਾਮ ਦੇ ਪੁੱਤਰ ਹਾਮ ਦੀ ਕਬਰ ਹੈ। ਇਸ ਕਬੀਲੇ ਦੇ ਲੋਕ ਬਸ ਇਸ ਜੂਹ ਅੰਦਰ ਨਹੀਂ ਵੱਸਦੇ ਸਗੋਂ ਸਿੰਧ ਵਿਲਾਇਤ ਜੱਟ ਦੇਸ਼ ਅੰਦਰ ਥਾਂ ਥਾਂ ਵੱਸਦੇ ਨੇ। ਇਸ ਇਲਾਕੇ ਦਾ ਮਸ਼ਹੂਰ ਕਿਲ੍ਹਾ ਰੋਹਤਰਾਸ਼
पत्थर नाल जिदा महना हुंदा पत्थर नाल घड़ के बनिया होया जिन्हों रोहतास भी आंदे ने ते ओ नंदना दे दादे मल रामली ने बनवाया सी जिहड़ा दीना दे लागे जेलम दरिया दी सज्जी कद्दी ते बनिया होया उहने गल नितर जांदी है वी सिंध वलायत जट देश अंदर थां थां बने हुए जिहड़े किले ने अजीम जट कबीलियां ने बनवाए सन जिन्हां नूं मगरों भोले भाई इस देश उत्ते धारा पाण वाले धारवियां दे नावां नाल जोड़ दिता गया। हालां धारा पाण वाले लोग बेचारे भुख मरदे आउंदे सन और इत्थे लुटमार करन लई कुछ मकामी जट कबीलियां नाल भेड़ विच मारे जांदे सन ते रहिंदे पिछा मुड़ जांदे सन ते जिहड़े मुगलां वर्गे धारवी इत्थे रहे भी उहनां पहलां तों बनाए जटां दे किलियां नूं अपने नावे ला लिया जिवें विरक जटां दी जूह दा मशहूर किला विरकगढ़ जिन्हों मगरों अकबर के मुंडे जहांगीर के नाँ ते किला शेहूपुरा आख दिता गया। किला नंदना के नाल नाल नंदन जटा की जड़ी बस्ती सी जिदे जिदा नंदन कोट सी जी बड़ी वड्डी बस्ती सी जिदे खोले अज भी उत्थे किले के बिल्कुल नाल नज़र आउंदे ने ते नंदनपाल की औलाद वो सारी जूह के अंदर अज भी खिलरी हुई है। नंदना किला की मशहूरी का एक सबूत यह भी है कि पिछले दिनी मुल्क के वजीर आजम जनाब इमरान खान और कौमी विरसे की सामभ संभाल करन दी लोड़ ते जोर दिता वो उत्थे गए सन उत्थे उन्हां दस्या कि साडा विरसा है और ये आर्कियालोजी नूं चाहीदा कि इन्हां दी सामभ संभाल करन और इन्हां दे विचों जिहड़ी चीज़ां जमीन दे विच नपियां गईआं ने उन्हां नूं भी कढ़न। इस किले की एक होर वडियाई है कि इत्थे अबू रिहान अल बैरूनी ने जिहड़ा दुनिया का इत्थे ऑब्जरवेटरी बनाई हुई सी और पूरी दुनिया का जिहड़ा कुतर है उन्हें मालूम किया इत्थे बह के। तो लोड़ इस गल की है भी इस जिहड़े किलियां दा असल तारीख नूं खोजिए ते उसकी राखी भी करिए उहदे राहीं असीं अपने शानदार पिछोकड़ की सांभ संभाल भी कर सकते हैं। किला नंदना की सारी अपने पिछोकड़ की आपू कहानी सुनांदी है। लोड़ इस गल की है भी सिंध वलायत जट देश दे विच बड़े थां थां उत्ते जटां दे जिहड़े किले ने इन्हां दी राखी का पूरा प्रबंध किया जाए और इन्हां दी जिहड़ी असली ते सच्ची तारीख है उहनूं भी ठीक ठीक करके उन्हों बकायदा छापिया जाए और किलिया के अंदर भी उन्हों लिख के रखवाई जाए तो जेड़े साडे बटकियां दीयां निशानियां ने बचिया हुई उन्हों संभालन की लोड़ है और ता ही सामियां जाणगियां अगर असी उन्हों की बेहतर तरीके दा संभाल करांगे। तो ये आर्कियालोजी वास्ते भी ये जिहड़ियां चीज़ां ने साडे जिहड़े किले ने ये बड़े टूरिस्ट स्पाट भी ने इहदे तों असी पैसे भी कमा सकते हैं और ये नहीं इत्थे ने पूरे पंजाब के अंदर थां थां ते पुराने जिहड़े किले ने वो साढ़े जट कबीलिया ने बनाए हुए सन जिन्हों मतलब मगरों को मुगलों के नाम लाता तो किसी के नाम लाता। तो प्यारे ये अहवाल नंदना जिहड़ा कबी किला ना जी किला नंदना उहदा। तो ये ही सान बाजवा बाबा बाजवा चैनल तो इजाजत दिओ तो मिलने किसी अगली वीडियो।